ਜੋ ਹਾਸਾ ਹੋਇਆ ਸਰਦਾਰ ਪਾਲ ਸਿੰਘ ਦੇ ਨਾਲ 8-9 ਡੰਗਰ ਸੀਗੀ ਵਿੱਚ, ਅਤੇ ਕੇ ਅਨਸ਼ਰ ਨੇ ਸੈਤਾਨੀ ਦੇ ਨਾਲ ਅੱਗ ਲਾ ਤੀ ਪਿੱਛੋਂ ਪੌੜੀ ਲਾ ਕੇ, ਇਹਦਾ ਬਹੁਤ ਜ਼ਿਆਦਾ ਨੁਕਸਾਨ, ਕਰਜ਼ੇ 'ਤੇ ਮੱਝਾਂ ਲਈਆਂ, ਡੇਅਰੀ 'ਚੋਂ ਮੱਝਾਂ ਲਈਆਂ ਸੀਗੀਆਂ। ਤੋ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਸਰਦਾਰ ਪਾਲ ਸਿੰਘ ਨੂੰ ਜੋ ਵੀ ਇਹਦਾ ਵਾਇਦਾ ਬਣਦਾ ਆ ਉਹ ਇਹਨੂੰ ਦਵਾਇਆ ਜਾਵੇ, ਦਿੱਤਾ ਜਾਵੇ ਜੋ ਵੀ ਨੁਕਸਾਨ ਹੋਇਆ। ਗੱਲਬਾਤ ਜੀ, ਕਿਸੇ ਨੇ ਮਗਰੋਂ ਪੌੜੀ ਲਾ ਕੇ ਅਤੇ ਅੱਗ ਲਾ ਤੀ ਆ ਡੰਗਰਾਂ ਨੂੰ, ਅਸੀਂ ਤਾਂ ਸੁੱਤੇ ਹਾਂ, ਸਾਨੂੰ ਤਾਂ ਜੋ ਡੰਗਰ ਇੱਧਰੋਂ ਭੜਥੂ ਮੁੱਚਿਆ ਅਤੇ ਫੇਰ ਅਸੀਂ ਸਾਰੇ ਪਿੰਡ ਨੇ ਇਲਾਕੇ ਦੇ ਨਾਲ ਅੱਗ ਉੱਗ ਬੁਝਾਈ ਆ। ਕੀ ਨੁਕਸਾਨ ਹੋਇਆ? ਨੁਕਸਾਨ ਡੰਗਰ 3 ਸੜ ਗਏ ਆ, 6-7 ਡੰਗਰ ਹੀ, ਅਤੇ 2-3 ਮਹਾ ਨੱਠ ਭੱਜ ਕੇ ਬਚੇ। ਸੰਤੋਖ ਸਿੰਘ ਜੀ, ਹਾਂਜੀ, ਕੀ ਵਾਪਰਾ? ਇਹ ਮਹਾਰਾਜ 2 ਵਜੇ ਅੱਗ ਰਾਤ ਲਾਈ ਗਈ ਆ, ਵਾਰ ਵਾਰ ਪੌੜੀ ਮੌਜੂਦਾ ਲੱਗੀ ਆ, ਮੌਕੇ ਦੇ ਟਾਈਮ ਨਾਲ ਮੁੱਖ ਪੌੜੀ ਜਿਹੜੀ ਆ ਛੱਪੜ ਚੋਂ ਲਿਆਣ ਕੇ ਉੱਥੇ ਲਾ ਕੇ ਫੇਰ ਅੱਗ ਲਾਈ ਆ ਕਹਿੰਦੇ ਰਾਤ 2 ਵਜੇ। ਅੱਛਾ ਜੀ। ਰਾਤ ਗਾਈ ਇੱਕ ਖੁੱਲ ਗਈ ਸਾਡੀ, ਗਾਈ ਖੁੱਲਣ ਦਾ ਕਰਕੇ ਸਾਨੂੰ ਪਤਾ ਲੱਗਾ। ਨੁਕਸਾਨ ਕਿੰਨਾ ਆ? ਨੁਕਸਾਨ ਮਹਾਰਾਜ ਜੀ, ਇੱਕ ਗਾਈ ਤੇ ਮਰੀ ਗਈ, ਉੱਥੇ ਦੁੱਧ ਦਿੰਦੀ ਸੀ, ਹਾਂ ਹੀ ਮਰ ਗਈ ਆ। ਇੱਕ ਵੈੜ ਵਾ ਉਹ ਸੜ ਗਈ ਆ, ਪਤਾ ਨਹੀਂ ਉਹਦਾ ਬਚਣਾ ਕਿ ਨਹੀਂ ਬਚਣਾ, ਕੀ ਗੱਲ ਹੈ ਕਿ ਨਹੀਂ। ਆਹ ਮੱਝ ਆ, ਤਾਂ ਮੱਝ ਵੀ ਤੁਹਾਨੂੰ ਪਤਾ, ਮੱਝ 50-60 ਹਜ਼ਾਰ ਦੀ ਮੱਝ ਆ। ਹਾਂ, ਇਹ ਅੱਗ ਲਾਈ ਗਈ, ਇਹਦਾ ਇਨਸਾਫ਼ ਹੋਣਾ ਚਾਹੀਦਾ ਵੀ ਅੱਗ ਲਾਈ ਕਿੰਨੇ ਆ।